ਅਸਲਾਮੁਅਲੈਕਮ ਦੋਸਤੋ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਕਰ ਦਵਾਂ ਕਲੀਅਰ ਸ਼ੁਰੂ ਤੋਂ ਜਿੱਥੋਂ ਆਪਾਂ ਇਸ ਟਾਈਮ ਇਹ ਜਾ ਰਹੇ ਆ ਨਾ ਇੱਥੋਂ ਸਿਰਫ 500 ਫੁੱਟ ਤੇ ਪੱਕਾ ਰਸਤਾ ਹੈ ਯਾਨੀ ਕਿ ਕਾਰਪਟ ਰੋਡ ਹੈ ਲਿੰਕ ਰੋਡ ਕਿ ਆਪਾਂ ਵੈਸੇ ਤਾਂ ਮੌਕੇ ਤੇ ਆ ਗਏ ਨਾ ਇਹ ਜ਼ਮੀਨ ਦੇ ਹੈ ਲੇਕਿਨ ਪਿੱਛੇ ਸਿਰਫ 500 ਫੁੱਟ ਤੋਂ ਫਾਸਲੇ ਤੇ ਪੱਕਾ ਰਸਤਾ ਹੈ ਯਾਨੀ ਕਿ ਕਾਰਪਟ ਰੋਡ ਹੈ ਵੀਡੀਓ ਉਸ ਤੋਂ ਨਹੀਂ ਬਣਾਈ ਕਿਉਂਕਿ ਵੀਡੀਓ ਆਪਾਂ ਜ਼ਮੀਨ ਦੇ ਕੋਲੋਂ ਆ ਕੇ ਸ਼ੁਰੂ ਕੀਤੀ ਹੈ ਇਹ ਆਪਣੇ ਕੋਲੇ 2 ਏਕੜ ਇਜ਼ਰਾਇ ਜ਼ਮੀਨ ਹੈ ਘੱਮ ਕੀਮਤ ਵਿੱਚ ਬਹੁਤ ਹੀ ਖਾਸ ਮੌਕਾ ਤੁਹਾਨੂੰ ਅੱਜ ਆਪਣੀ ਵੀਡੀਓ ਇਨਸ਼ਾਅੱਲਾ ਬੜੀ ਪਸੰਦ ਆਵੇਗੀ ਤੁਸੀਂ ਵੇਖਦੇ ਹੋ ਆਪਣਾ YouTube ਚੈਨਲ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦਲ ਫਾਹਿਦ ਮੈਂ ਦੋਸਤਾਂ ਨੂੰ ਇਹ ਗੱਲ ਕਲੀਅਰ ਕਰ ਚੁੱਕਿਆ ਕਿ ਪਿੱਛੇ ਵੀਡੀਓ ਨਹੀਂ ਬਣਾਈ ਹੈਗੀ ਵੀਡੀਓ ਬਣਾਈ ਮੈਂ ਜ਼ਮੀਨ ਦੇ ਇੰਤਹਾਈ ਕਰੀਬ ਆ ਕੇ ਲੇਕਿਨ 500 ਫੁੱਟ ਫਾਸਲੇ ਤੇ ਤੁਹਾਨੂੰ ਪੱਕਾ ਰਸਤਾ ਮਿਲੇਗਾ ਯਾਨੀ ਕਿ ਲਿੰਕ ਰੋਡ ਮਿਲੇਗਾ ਮੁਕੰਮਲ ਗਾਰੰਟੀ ਨਾਲ ਤੇ ਜਿਹੜਾ ਰਸਤਾ ਮੌਕੇ ਤੇ ਆ ਰਿਹਾ ਜਿਹੜਾ ਕਿ ਸਿਰਫ 500 ਫੁੱਟ ਤੋਂ ਆ ਰਿਹਾ ਇਹ ਰਸਤਾ ਸਰਕਾਰੀ ਹੈ ਬਿਜਲੀ ਮੌਕੇ ਤੇ ਮੌਜੂਦ ਹੈ ਬਲਕਿ ਬਿਜਲੀ ਵਾਲਾ ਟਰਾਂਸਫਾਰਮਰ ਮੌਕੇ ਤੇ ਮੌਜੂਦ ਹੈ ਇਹ ਆਪਾਂ ਦੋਸਤਾਂ ਨੂੰ ਮੂਵੀ ਦੇ ਅੰਦਰ ਦਿਖਾ ਚੁਕੇ ਆ ਤੇ ਇਹ ਵੀ ਗੱਲ ਮੈਂ ਦੋਸਤਾਂ ਨੂੰ ਸ਼ੁਰੂ ਤੋਂ ਕਰ ਦਿੰਨਾ ਕਿਵੇਂ ਮੈਂ ਹਰ ਮੂਵੀ ਦੇ ਵਿੱਚ ਕਰਦਾ ਹੁੰਨਾ ਤੁਸੀਂ ਆਪਣੀ ਜਿਹੜੀ ਵੀ ਜ਼ਮੀਨ ਹੁੰਦੀ ਹੈ ਨਾ ਵੇਖਦੇ ਹੋ ਚਕਵਾਲ ਵਾਲੀ ਸਾਈਡ ਤੇ ਜਿਵੇਂ ਕਿ ਇਹ ਵੀ ਟੈਕਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਹੈ ਹਲਕੇ ਫੁਲਕੇ ਬਿਆਨ ਤੇ ਦੋਸਤਾਂ ਨੂੰ ਮਿਲੇਗਾ ਮਕਮਲ ਦੀ ਮਕਮਲ ਜ਼ਮੀਨ ਦਾ ਕਬਜ਼ਾ ਜਦੋਂ ਤੁਸੀਂ ਦੋਸਤ ਆਪਣੇ ਵੱਲੋਂ ਫੁੱਲ ਮੁਤਮਨ ਹੋ ਜਾਓਗੇ ਤੇ ਫਿਰ ਤੁਸੀਂ ਬਾਕੀ ਦੀ ਪੇਮੈਂਟ ਕਲੀਅਰ ਕਰਵਾ ਕੇ ਜ਼ਮੀਨ ਆਪਣੇ ਨਾਮ ਟਰਾਂਸਫਰ ਕਰਵਾਣੀ ਦੋਸਤੋ ਕਿਉਂਕਿ ਰਜਿਸਟਰੀ ਇੰਤਕਾਲ شدہ ਕੰਪਿਊਟਰਾਈਜ਼ ਰਿਕਾਰਡ شدہ ਹੈ ਆਪਣੇ ਕੋਲੇ ਮੌਕਾ ਹੈ ਤੇ ਆਪਣੇ ਕੋਲੇ ਇੰਤਖਾਈ ਮناسب ਕੀਮਤ ਦੇ ਵਿੱਚ ਇਹ ਦੋ ਏਕੜ ਜ਼ਮੀਨ ਹੈ ਕਈ ਮੇਰੇ ਦੋਸਤ ਕਹਿੰਦੇ ਸਨ ਨਾ ਕਿ ਦੋ ਏਕੜ ਜ਼ਮੀਨ ਲੈਣੀ ਹੈ ਫਾਰਮ ਹਾਊਸ ਵਾਸਤੇ ਉਹਨਾਂ ਵਾਸਤੇ ਇਹ ਬੜੀ ਬਿਹਤਰੀਨ ਜ਼ਮੀਨ ਹੈਗੀ ਜੇ ਦੋ ਏਕੜ ਜ਼ਮੀਨ ਹੈ ਇਹ ਗੈਰ ਆਬਾਦ ਜ਼ਰੂਰ ਹੈ ਲੇਕਿਨ ਪਲੈਨ ਹੈ ਤੇ ਜਿਵੇਂ ਕਿ ਦੋਸਤਾਂ ਨੂੰ ਉੱਪਰ ਕੁਝ ਪੱਥਰ ਨਜ਼ਰ ਆ ਕੇ ਹੋਣਗੇ ਕਿਉਂਕਿ ਜ਼ਾਹਰ ਹੈ ਕਿ ਮੂਵੀ ਦੇ ਅੰਦਰ ਹਰ ਚੀਜ਼ ਹੋ ਜਾਂਦੀ ਹੈ ਬਿਲਕੁਲ ਕਲੀਅਰ ਇੰਦੇ ਵਿੱਚ ਕੋਈ ਉਲਾ ਨਹੀਂ ਹੁੰਦਾ ਤੁਹਾਨੂੰ ਇਹੋ ਚੀਜ਼ ਮੌਕੇ ਤੇ ਮਿਲੇਗੀ ਇਸ ਵਾਸਤੇ ਆਪਾਂ ਗੱਲ ਕਰਾਂਗੇ ਬਿਲਕੁਲ ਸਿੱਧੀ ਤੇ ਕਲੀਅਰ ਜਿਹੜੇ ਦੋਸਤਾਂ ਨੂੰ ਇਹ ਪੱਥਰ ਨਜ਼ਰ ਆ ਰਹੇ ਹਨ ਨਾ ਇਹ ਮਕਮਲ ਗਰੰਟੀ ਨਾਲ ਸਿਰਫ ਉੱਪਰ ਹੈਗੇ ਨੇ ਯਾਨੀ ਕਿ ਜ਼ਮੀਨ ਦੇ ਅੰਦਰ ਇਹ ਪੱਥਰ ਨਹੀਂ ਹੈਗੇ ਜੇ ਇਹ ਪੱਥਰ ਦੋਸਤਾਂ ਨੂੰ ਮੂਵੀਜ਼ ਵਿੱਚ ਨਜ਼ਰ ਆ ਰਹੇ ਹੋਣਗੇ ਲੇਕਿਨ ਇਹ ਪੱਥਰ ਸਿਰਫ ਉੱਪਰ ਹੈਗੇ ਨਹੀਂ ਇਹ ਪੱਥਰ ਸਿਰਫ ਉੱਪਰ ਨਹੀਂ ਜ਼ਮੀਨ ਦੇ ਅੰਦਰ ਮਕਮਲ ਗਰੰਟੀ ਨਾਲ ਪੱਥਰ ਨਹੀਂ ਹੈਗੇ ਜਿਵੇਂ ਕਿ ਰਕਬਾ ਪਹਿਲੇ ਹੀ ਪਲੇਨ ਹੈ ਯਾਨੀ ਕਿ ਬਿਲਕੁਲ ਪਧਰਾ ਪਲਾਟ ਹੈ ਦੋਸਤਾਂ ਨੇ ਇੱਥੇ ਟਰੈਕਟਰ ਦੀ ਮਦਦ ਨਾਲ ਤੁਸੀਂ ਜਿਹੜੀ ਕਿ ਚਾਰੀਆਂ ਹਟਾਣੀਆਂ ਨੇ ਯਾਨੀ ਕਿ ਤੁਸੀਂ ਟਰੈਕਟਰ ਦੇ ذریعے ਇਹ ਚਾਰੀਆਂ ਇਹ ਉੱਪਰ ਪੱਥਰ ਕਰਾਏ ਨਾਲ ਹਟਾ ਲੈਣੇ ਨੇ ਤੇ ਜ਼ਮੀਨ ਦੋਸਤਾਂ ਦੇ ਸਾਹਮਣੇ ਬਿਲਕੁਲ ਸਾਫ਼ ਹੋ ਜਾਵੇਗੀ ਯਾਨੀ ਕਿ ਜ਼ਮੀਨ ਦੇ ਅੰਦਰ ਪੱਥਰ ਨਹੀਂ ਹੈਗੇ ਜੀ ਜਿਹੜੀ ਗੱਲ ਆਪਾਂ ਕਰਦੇ ਪਿਆ ਇੰਦੇ ਵਿੱਚ ਮੁਕੰਮਲ ਗਾਰੰਟੀ ਹੁੰਦੀ ਹੈ ਤੁਸੀਂ ਮੌਕੇ ਤੇ ਆਣਾ ਤੁਹਾਨੂੰ ਇਹੋ ਚੀਜ਼ਾਂ ਇਹੋ ਗੱਲਾਂ ਬਾਤਾਂ ਮੌਕੇ ਤੇ ਮਿਲਣਗੀਆਂ ਜਿਵੇਂ ਕਿ ਬਿਜਲੀ ਮੌਕੇ ਤੇ ਮੌਜੂਦ ਹੈ ਬਲਕਿ ਬਿਜਲੀ ਬੇਸ਼ੁਮਾਰ ਮੌਕੇ ਤੇ ਮੌਜੂਦ ਹੈ ਪੱਕੇ ਰਸਤੇ ਤੋਂ ਸਿਰਫ 500 ਫੁੱਟ ਅੰਦਰ ਇਹ ਆਪਣੇ ਕੋਲੇ ਇਹ ਜ਼ਮੀਨ ਹੈ ਮੌਕੇ ਤੱਕ ਦੋਸਤਾਂ ਨੂੰ ਮਿਲੇਗਾ ਰਸਤਾ ਸਰਕਾਰੀ ਮੁਕੰਮਲ ਗਾਰੰਟੀ ਨਾਲ ਇਹ ਟੋਟਲ ਜ਼ਮੀਨ ਦੇ ਯਾਨੀ ਕਿ 2 ਏਕੜ ਜ਼ਮੀਨ ਹੈ ਨਾ ਇਹਦੇ ਦੋ ਮਾਲਕ ਨੇ ਯਾਨੀ ਕਿ 1-1 ਏਕੜ ਦੋਨ ਪਾਈਆਂ ਦੇ ਨਾਂ ਤੇ ਜ਼ਮੀਨ ਹੈਗੀ ਜੀ ਤੇ نیچے ਦੋਸਤਾਂ ਨੂੰ 80 ਫੁੱਟ ਤੇ ਸ਼ਰਤੀਆ মিঠਾ ਪਾਣੀ ਮਿਲੇਗਾ। نیچے 80 ਫੁੱਟ ਤੇ ਸ਼ਰਤੀਆ মিঠਾ ਪਾਣੀ ਮੌਜੂਦ ਹੈ। ਇਹ ਪੱਥਰ ਇਸ ਜ਼ਮੀਨ ਦੇ ਉੱਪਰ ਮੌਜੂਦ ਨੇ ਲੇਕਿਨ ਅੰਦਰ ਮਿੱਟੀ ਬਿਲਕੁਲ ਸਾਫ਼ ਹੈ। ਦੋਸਤਾਂ ਪੱਥਰ ਉੱਪਰੋਂ ਹਟਾ ਲੈਣੇ ਨੇ, ਚਾਰੀਆਂ ਹਟਾਣੀਆਂ ਨੇ ਤੇ ਮੁਕੰਮਲ ਜ਼ਮੀਨ ਪਹਿਲੇ ਹੀ ਪਲੇਨ ਹੈ। ਇਸ ਜ਼ਮੀਨ ਪਹਿਲੇ ਹੀ ਪਲੇਨ ਹੈ ਤੇ ਖਾਲਸ ਮਿੱਟੀ ਵਾਲੀ ਜ਼ਮੀਨ ਪਰਾਵਾਂ ਦੇ ਸਾਹਮਣੇ ਆ ਜਾਈਏ। ਇਸ ਜ਼ਮੀਨ ਦਾ ਰਸਤਾ ਚੈੱਕ ਕਰ ਲੋ ਰਸਤਾ ਦੋਸਤਾਂ ਨੂੰ ਮੌਕੇ ਤੇ ਮਿਲੇਗਾ ਸਰਕਾਰੀ ਤੇ ਹਲਕੇ ਫੁਲਕੇ ਬਿਆਨੇ ਤੇ ਦੋਸਤਾਂ ਨੂੰ ਮਿਲੇਗਾ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਦੋਸਤੋ ਇਹ 2 ਏਕੜ ਇਹ ਜ਼ਮੀਨ ਹੈ ਤੁਹਾਡੇ ਸਾਹਮਣੇ 2 ਏਕੜ ਇਹ ਜ਼ਮੀਨ ਹੈ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ فی ਏਕੜ ਦੇ ਹਿਸਾਬ ਨਾਲ 28 ਲੱਖ ਰੁਪਇਆ ਦੋਸਤੋ 2 ਏਕੜ ਜ਼ਮੀਨ ਹੈ ਨਾ ਇੱਕ ਇੱਕੜ ਜ਼ਮੀਨ ਦੀ ਡਿਮਾਂਡ ਹੈਗੀ 28 ਲੱਖ ਰੁਪਇਆ ਯਾਨੀ ਕਿ 28 28 ਲੱਖ ਰੁਪਇਆ ਜਿਵੇਂ ਕਿ ਇਲਾਕਾ ਚਕਵਾਲ ਦਾ ਇੱਥੇ ਗਿਣਤੀ ਹੁੰਦੀ ਹੈ ਕਨਾਲ ਦੇ ਹਿਸਾਬ ਨਾਲ ਇਹ ਆਪਣੇ ਕੋਲੇ 16 ਕਨਾਲ ਜ਼ਮੀਨ ਹੈ ਦੋਸਤੋ 16 ਕਨਾਲ ਜ਼ਮੀਨ ਹੈ ਤੇ ਫੀ ਕਨਾਲ ਇਹ ਜ਼ਮੀਨ ਦੀ ਡਿਮਾਂਡ ਬਣਦੀ ਪਈਏ 3.5 ਲੱਖ ਰੁਪਇਆ ਯਾਨੀ ਕਿ 3,50,000 ਰੁਪਇਆ ਫੀ ਕਨਾਲ 28 ਲੱਖ ਰੁਪਏ ਫੀ ਏਕੜ ਜ਼ਮੀਨ ਦੀ ਡਿਮਾਂਡ ਹੈਗੀ ਜੇ ਸਾਹਮਣੇ ਸਕਰੀਨ ਤੇ ਦੋਸਤਾਂ ਨੂੰ ਹਾਜੀ ਅਰਫਾਨ ਅਬਾਸ ਸਾਹਿਬ ਦੇ ਦੋਵੇਂ ਨੰਬਰ ਮਿਲ ਗਏ ਹੋਣਗੇ ਯਾਨੀ ਕਿ ਤੁਸੀਂ ਆਪਣੇ ਤਰੀਕੇ ਨਾਲ ਜਿਵੇਂ ਤੁਹਾਨੂੰ ਦੋਸਤਾਂ ਨੂੰ ਆਸਾਨੀ ਲੱਗੇ ਤੁਸੀਂ ਉਵੇਂ ਰਾਬਤਾ ਕਰ ਸਕਦੇ ਜੀ ਨੰਬਰ ਉੱਪਰ ਵਾਲਾ ਕਾਲ ਐਂਡ WhatsApp ਤੇ ਨੰਬਰ ਨੀਚੇ ਵਾਲਾ ਕਾਲ ਤੇ ਤੇ ਕਿਸੇ ਦੋਸਤ ਨੇ ਗੱਲ ਕਰਨੀ ਹੋਵੇ ਮੇਰੇ ਨਾਲ ਮੈਂ ਦੋਸਤਾਂ ਨੂੰ ਹਰ ਮੂਵੀ ਦੇ ਵਿੱਚ ਇਹ ਗੱਲ ਕਰਦਾ ਹੁੰਨਾ ਕਿ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਕਾਲ ਨੰਬਰ ਨਹੀਂ ਸਿਰਫ WhatsApp ਨੰਬਰ ਇਹ ਵੀ ਤੁਹਾਡੇ ਦੋਸਤਾਂ ਦੀ ਆਸਾਨੀ ਵਾਸਤੇ ਤਾਂ ਕਿ ਤੁਹਾਡੇ ਦੋਸਤਾਂ ਦਾ ਆਪਣੇ ਨਾਲ ਰਾਪਤਾ ਹੋ ਸਕੇ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ WhatsApp ਨੰਬਰ ਲੱਗਿਆ ਹੁੰਦਾ ਜੀ ਤੇ ਹਾਜੀ ਅਰਫਾਨ ਅਬਾਦ ਸਾਹਿਬ ਦੇ ਦੋਵੇਂ ਨੰਬਰ ਤੁਹਾਡੇ ਸਾਹਮਣੇ ਤੇ ਦੋਸਤੋ ਇਨਸ਼ਾ ਅੱਲਾਹ ਤਾਲਾ بشرت زندگی بافضل خدا ملنگے اگلی ویڈیو تے اللہ حافظ